ਰੂਹ ਨੂੰ ਬਹੁਤ ਹੀ ਪਿਆਰ ਦਿੰਦੇ ਹੋ ਤੁਸੀਂ। ਰੂਹ ਦੀ ਕਹਾਣੀ ਤੁਹਾਨੂੰ ਵਾਰ ਵਾਰ ਸੁਣਾਉਂਦਾ ਹਾਂ। ਰੂਹ ਲਿਖਣ ਤੋਂ ਬਾਅਦ ਤਾਂ ਮੇਰਾ ਮਨ ਕੁਝ ਹੋਰ ਲਿਖਣ ਨੂੰ ਕੀਤਾ ਵੀ ਨਹੀਂ। ਬੇਸ਼ੱਕ ਮੈਂ ਲਿਖਿਆ ਬਹੁਤ, ਪਰ ਸਕੂਨ ਨਹੀਂ ਆਇਆ। ਸੱਚ ਦੱਸਦਾ, ਰੂਹ ਦਾ ਜਿਹੜਾ ਪਹਿਲਾ ਭਾਗ ਸੀਗਾ, ਪਾਠ ਸੀਗਾ, ਤੁਹਾਨੂੰ ਸੁਣਾਇਆ, ਅਤੇ ਹੁਣ ਹੋਰ ਤੁਹਾਨੂੰ ਰੂਹ ਦੀਆਂ ਗੱਲਾਂ ਸੁਣਾਉਂਦਾ ਹਾਂ। ਅੱਜ ਦੀ ਜਿਹੜੀ ਚਰਚਾ ਹੈ ਪੂਰੀ ਦੁਨੀਆ ਦੇ ਵਿੱਚ, ਕਿ ਲੋਕ ਜਿਹੜੇ ਆਮ ਬੇਰੁਜ਼ਗਾਰ ਹਨ, ਉਹ ਸਭ ਤੋਂ ਸੋਹਣਾ ਇੱਕ ਰੁਜ਼ਗਾਰ ਚੁਣਦੇ ਹਨ ਬਾਬੇ ਬਣਨ ਦਾ। ਉੱਥੋਂ ਹੀ ਅੱਜ ਰੂਹ ਦੀ ਕਹਾਣੀ ਸ਼ੁਰੂ ਕਰਦੇ ਹਾਂ। ਇਹ ਰੁਜ਼ਗਾਰ ਦੇ ਵਿੱਚ ਉਹ ਕਰੋੜਾਂ ਪਤੀ ਅਰਬਾਂ ਪਤੀ ਬਣ ਜਾਂਦੇ ਹਨ, ਅਤੇ ਅਸੀਂ ਆਪਣੇ ਘਰ ਬਾਰ ਲੁਟਾ ਕੇ ਉਹਨਾਂ ਨੂੰ ਮੌਜਾਂ ਕਰਵਾਉਂਦੇ ਹਾਂ। ਉਹ ਮੌਜਾਂ ਕਰਦੇ ਹਨ ਅਤੇ ਅਸੀਂ ਲੁੱਟੇ ਜਾਂਦੇ ਹਾਂ। ਆਓ ਉਸੇ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ। ਰੂਹ ਦੇ ਵਿੱਚ ਹੀ ਇਹ ਪਹਿਲਾਂ ਹੀ ਲਿਖਿਆ ਗਿਆ ਕਿ ਕੀ ਇਹ ਇਹਨਾਂ ਦੀ ਬਾਬਿਆਂ ਦੀ ਹਾਲਾਤ ਹੈ, ਜਿਹੜੇ ਬਾਬੇ ਨਵੇਂ ਨਵੇਂ ਬਣਦੇ ਨੇ। ਕਈ ਤਾਂ ਬਚਪਨ ਦੇ ਵਿੱਚ ਹੀ ਬਾਬੇ ਬਣਨ ਲੱਗ ਗਏ, ਅਤੇ ਉਹ ਲੋਕਾਂ ਨੂੰ ਝੂਠੇ ਲਾਰਿਆਂ ਦੇ ਵਿੱਚ ਝੂਠੀਆਂ ਗੱਲਾਂ ਦੱਸ ਕੇ ਲੁੱਟਦੇ ਹਨ। ਆਓ ਉਸੀ ਗੱਲਬਾਤ ਨੂੰ ਰੂਹ ਦੇ ਇੱਕ ਪਾਠ ਦੇ ਤੌਰ 'ਤੇ ਅੱਗੇ ਤੋਰਦੇ ਹਾਂ। ਏ ਬਾਬੇ ਰਾਮ ਰਹੀਮ ਅਤੇ ਵਾਹਿਗੁਰੂ ਆਪੀ ਬਣ ਜਾਂਦੇ ਨੇ। ਇਹ ਬਾਬੇ ਤਾਂ ਰਾਮ ਰਹੀਮ ਅਤੇ ਵਾਹਿਗੁਰੂ ਆਪੀ ਬਣ ਜਾਂਦੇ ਨੇ। ਕੀ ਲੋੜ ਹੈ ਉਹਨਾਂ ਲਾਲ ਬੱਤੀਆਂ ਦੀ ਜੋ ਗੱਡੀਆਂ 'ਤੇ ਲਾਉਂਦੇ ਨੇ। ਕਰੋੜਾਂ ਦੀ ਤੇ ਜ਼ਮੀਨਾਂ ਦੀ ਗਿਣਤੀ ਮਿਣਤੀ ਹਰ ਪਲ ਹੀ ਤਾਂ ਕਰਦੇ ਨੇ। ਆਪਾਂ ਨੂੰ ਕੀ ਸਮਝਾਉਣਗੇ, ਇਹ ਤਾਂ ਆਪ ਹੀ ਹਰ ਪਲ ਮਰਦੇ ਨੇ। ਮੈਂ ਤਾਂ ਕੰਜਰੀ ਹਾਂ ਉਸ ਰੱਬ ਦੀ, ਬਸ ਮੈਨੂੰ ਉਹੀਓ ਸਮਝਾ ਸਕਦਾ। ਅਜੇ ਅੱਲੇ ਨੇ ਜ਼ਖਮ 'ਤੇ ਬਸ ਉਹੀਓ ਮੱਲਮ ਲਾ ਸਕਦਾ। ਕਿਹੜੇ ਪੱਥਰਾਂ ਦੇ ਸ਼ਹਿਰ ਵਿੱਚ ਆ ਗਿਆ ਤੂੰ, ਓਏ ਕਿਹੜੇ ਪੱਥਰਾਂ ਦੇ ਸ਼ਹਿਰ ਵਿੱਚ ਆ ਗਿਆ ਤੂੰ। ਬਿਨਾਂ ਕੁਝ ਕੀਤਿਆਂ ਹੀ ਛਾ ਗਿਆ ਤੂੰ, ਇਹ ਸਭ ਖੇਡ ਹੈ ਤਕਦੀਰਾਂ ਦੀ, ਇਹ ਸਭ ਖੇਡ ਹੈ ਹੱਥਾਂ 'ਤੇ ਵਾਹੀਆਂ ਇਹਨਾਂ ਲਕੀਰਾਂ ਦੀ। ਕਈ ਸੱਭਿਆਚਾਰ ਦੇ ਨਾਂ 'ਤੇ ਲੁੱਟੀ ਤੁਰੇ ਜਾਂਦੇ ਨੇ, ਕਈ ਆਪਣੀ ਧਰਤੀ ਮਾਂ ਨੂੰ ਵੇਚ ਕੇ ਵੀ ਮਸਕਾਉਂਦੇ ਨੇ, ਕਈ ਆਪਣੀ ਧਰਤੀ ਮਾਂ ਨੂੰ ਵੇਚ ਕੇ ਵੀ ਮਸਕਾਉਂਦੇ ਨੇ। ਰਿਸ਼ਤਿਆਂ ਦਾ ਕਾਣ ਕੀਤਾ ਬਾਹਰਲੀਆਂ ਭੈੜੀਆਂ ਹਵਾਵਾਂ ਨੇ, ਪੁੱਟਰ ਸੁੱਟੇ ਉਹ ਰੁੱਖ 'ਤੇ ਕਿੱਥੇ ਉਹ ਸੰਘਣੀਆਂ ਛਾਵਾਂ ਨੇ। ਕੋਈ ਪਹਿਲਾਂ ਹੀ ਮਰ ਮੁੱਕ ਜਾਂਦਾ ਅਤੇ ਕੋਈ ਮਰ ਕੇ ਵੀ ਹੈ ਤੜਫਾਉਂਦਾ, ਕੋਈ ਜਿਉਣ ਦੀ ਹੈ ਰੀਝ
ਬੀਜ ਰੱਖਦਾ ਕੋਈ ਭੱਠੀ ਦੇ ਕੋਲੇ ਵਾਂਗ ਹੈ ਪੱਖਦਾ। ਇਹ ਸਭ ਉਹਦੀਆਂ ਚਤੁਰਾਈਆਂ ਨੇ, ਲਿਖਣ ਲਈ ਸਿਰਫ ਮੇਰੇ ਹੀ ਜੁੰਮੇ ਲਾਈਆਂ ਨੇ। ਆਪ ਉਹ ਸੌਂਦੇ ਵਿੱਚ ਅਸਮਾਨਾਂ ਦੇ, ਸਾਨੂੰ ਕਿਉਂ ਭਟਕਾਉਂਦਾ ਵਿੱਚ ਸ਼ਮਸ਼ਾਨਾਂ ਦੇ। ਉਹ ਆਪ ਤਾਂ ਸੌਂਦੇ ਵਿੱਚ ਅਸਮਾਨਾਂ ਦੇ, ਸਾਨੂੰ ਕਿਉਂ ਭਟਕਾਉਂਦਾ ਵਿੱਚ ਸ਼ਮਸ਼ਾਨਾਂ ਦੇ। ਰੱਬ ਨੇ ਕਾਰਾਂ ਬਖਸ਼ੀਆਂ, ਕੋਠੀਆਂ ਬਖਸ਼ੀਆਂ, ਪਤਾ ਨਹੀਂ ਉਦੋਂ ਕੀ ਮੰਗਦਾ ਰਿਹਾ ਮੈਂ। ਮੰਗਣਾ ਸੀ ਜੋ ਉਦੋਂ ਮੰਗ ਨਹੀਂ ਸਕਿਆ, ਪਤਾ ਨਹੀਂ ਉਦੋਂ ਕਿਉਂ ਸੰਗਦਾ ਰਿਹਾ ਮੈਂ। ਰੱਬ ਨੇ ਕਾਰਾਂ ਬਖਸ਼ੀਆਂ, ਕੋਠੀਆਂ ਬਖਸ਼ੀਆਂ, ਪਤਾ ਨਹੀਂ ਉਦੋਂ ਕੀ ਮੰਗਦਾ ਰਿਹਾ ਮੈਂ। ਮੰਗਣਾ ਸੀ ਜੋ ਮੰਗ ਨਹੀਂ ਸਕਿਆ, ਪਤਾ ਨਹੀਂ ਕਿਉਂ ਐਵੇਂ ਹੀ ਸੰਗਦਾ ਰਿਹਾ ਮੈਂ, ਐਵੇਂ ਹੀ ਸੰਗਦਾ ਰਿਹਾ ਮੈਂ।